ਹੈਲੋ एवरीवन ਵੈਲਕਮ ਟੂ ਸਟਰੀ ਸ਼ੋਕ ਕਿ ਹਰ ਸਟੋਰੀ ਬਿਕਮਸ ਈਜ਼ੀ ਅੱਜ ਆਪਾਂ ਪਹੁੰਚ ਚੁੱਕੇ ਹਾਂ ਜੀ ਰਿਕਰੂਟਮੈਂਟ ਦੀ ਐਜੂਕੇਸ਼ਨ ਰਿਕਰੂਟਮੈਂਟ ਬੋਰਡ ਦੀ ਅਫੀਸ਼ੀਅਲ ਵੈਬਸਾਈਟ ਤੇ ਤੇ ਜਿੱਥੇ ਆਪਾਂ ਖੋਲਿਆ ਗਰ ਪੋਰਟਲ ਮਾਸਟਰ ਕੈਡਰ ਟੀਚਰਸ ਦਾ ਤੇ ਤੁਸੀਂ ਦੇਖ ਸਕਦੇ ਹੋ 25 2 2021 ਹੁਨੇ ਹੁਨੇ ਉਹਨਾਂ ਨੇ ਇੱਕ ਨੋਟਿਸ ਡਾੜਾ ਜਾਰੀ ਕਰ ਦਿੱਤਾ ਗਿਆ ਆਪਾਂ ਪਹਿਲਾਂ ਹੀ ਕਹੇ ਸੀ ਕਿ ਇਸ ਵੀਕ ਜਿਹੜੇ ਆ ਉਹ ਲੈਟਰਸ ਜਿਹੜੇ ਹੁਣ ਮਾਸਟਰ ਕੈਡਰ ਦੇ ਆਉਣ ਵਾਲੇ ਆ 3704 ਮਾਸਟਰ ਕੈਡਰ ਦੀ ਭਰਤੀ ਦੇ ਰਿਲੇਟਡ ਤੇ ਨੋਟਿਸ ਆਪਾਂ ਪੜਦੇ ਹਾਂ ਜੀ ਪਬਲਿਕ ਨੋਟਿਸ ਹੈਗਾ ਸੀ ਦੇਖ ਸਕਦੇ ਹੋ ਨੋਟਿਸ ਆਪਣੇ ਸਾਹਮਣੇ ਜਿਹੜਾ ਓਪਨ ਹੋ ਚੁੱਕਿਆ 28/2/2020 ਨੂੰ 374 ਮਾਸਟਰ ਕੇਰੇ ਦੇ ਸਾਮੀਆਂ ਲਈ ਵਿਗਿਆਪਨ ਦਿੱਤਾ ਗਿਆ ਸੀ ਤੇ ਉਸ ਤੋਂ ਬਾਅਦ ਉਹਨਾਂ ਨੂੰ ਸਕਰੂਟੀ ਲਈ ਬੁਲਾਇਆ ਗਿਆ ਸੀ ਉਮੀਦਵਾਰ ਵੱਲੋਂ ਜਿਸ ਕੈਟਾਗਰੀ ਵਿੱਚ ਫੀਸ ਭਰੀ ਗਈ ਸੀ ਅਤੇ ਚਲਾਨ ਅਨੁਸਾਰ ਕਨਫਰਮ ਹੋਈ ਸੀ ਅਨੁਸਾਰ ਸਕਰੂਟੀ ਲਈ ਬੁਲਾਏ ਗਏ ਉਮੀਦਵਾਰਾਂ ਦੀ ਚੋਣ ਸੂਚੀ ਵਿਭਾਗ ਦੀ ਵੈੱਬਸਾਈਟ ਤੇ ਅਪਲੋਡ ਕਰ ਦਿੱਤੀ ਗਈ ਹੈ ਜਿਨ੍ਹਾਂ ਕੈਟਾਗਰੀਆਂ ਵਿੱਚ ਕੁਝ ਪੋਸਟਾਂ ਖਾਲੀ ਰਹਿ ਗਈਆਂ ਹਨ ਉਹਨਾਂ ਵਿੱਚ ਛੇਤੀ ਹੀ ਸਕਰੂਟੀ ਲਈ ਸੱਦਾ ਦਿੱਤਾ ਜਾਵੇਗਾ ਤੇ ਇਹਨਾਂ ਨੇ ਕਿਹਾ ਹੈ ਕਿ ਸਕਰੂਟੀ ਲਈ ਜਿਹੜੀ ਕੈਟਾਗਰੀ ਸੀਗੀ ਉਹ ਕਿਹ ਇਹ ਡਿਗਰੀ ਚੱਕੀ ਗਈ ਹੈ ਤੇ ਉਸ ਦੇ ਅਨੁਸਾਰ ਸਕਰੂਟੀ ਲਈ ਬੁਲਾਈ ਗਈ ਉਮੀਦਵਾਰਾਂ ਦੀ ਚੋਣ ਸੂਚੀ ਜਿਹੜੀ ਹੈਗੀ ਆ ਉਹ ਅਪਲੋਡ ਕਰ ਦਿੱਤੀ ਗਈ ਹੈ ਕਿਉਂਕਿ ਪ੍ਰੋਸੈਸਟ ਜਿਹੜਾ ਦੁਬਾਰਾ ਤੋਂ ਸ਼ੁਰੂ ਹੋਣਾ ਸੀ ਤਾਂ ਜਿਹੜੀ ਫਰਸਟ ਲਿਸਟ ਆਈ ਸੀਗੀ ਉਹ ਤਾਂ ਤਾਂ ਹੁਣ ਕੋਈ ਮਤਲਬ ਨਹੀਂ ਰਹਿ ਗਿਆ ਸੀ ਕਿਉਂਕਿ ਕੈਟਾਗਰੀ ਜਿਹੜੀਆਂ ਸ਼ਫਲ ਕੀਤੀਆਂ ਨੇ ਤੇ ਉਸ ਤੋਂ ਬਾਅਦ ਜਿਹੜੀ ਹੈਗੀ ਚੋਣ ਸੂਚੀ ਹੁਣ ਸਕਰੂਟੀ ਲਈ ਜੇ ਆਪ ਕਹਿ ਲਈਏ ਇਹਨੂੰ ਹੀ ਫਰਸਟ ਲਿਸਟ ਕਹਿ ਲਈਏ ਤਾਂ ਉਹ ਜਿਹੜੀ ਚੋਣ ਸੂਚੀ ਅਪਲੋਡ ਕਰ ਦਿੱਤੀ ਗਈ ਹੈ ਇਸ ਤੋਂ ਬਾਅਦ ਫਰਸਟ ਲਿਸਟ ਦੇ ਵਿੱਚ ਭਰੀਆਂ ਜਾਣ ਤੋਂ ਬਾਅਦ ਅਗਰ ਜਿੰਨਾ ਕੈਟੇਗਰੀਆਂ ਵਿੱਚ ਕੁਝ ਪੋਸਟਾਂ ਖਾਲੀ ਰਹਿ ਗਈਆਂ ਹਨ ਉਹਨਾਂ ਨੂੰ ਤੇ ਛੇਤੀ ਹੀ ਸਕਰੂਟੀ ਲਈ ਸੱਦਾ ਦਿੱਤਾ ਜਾਏਗਾ ਥੈਟ ਮੀਨਸ ਇੱਥੇ ਇਹਨਾਂ ਨੇ ਇਹ ਚੀਜ਼ ਵੀ ਕਲੀਅਰ ਕਰ ਦਿੱਤੀ ਹੈ ਕਿ ਸੈਕੰਡ ਲਿਸਟ ਵੀ ਜਿਹੜੀ ਹੈ ਉਹ ਜਲਦੀ ਆਏਗੀ ਅਗਰ ਇੱਥੇ ਪੋਸਟ ਜਿਹੜੀ ਹੈ ਵੀਕੈਂਟ ਰਹਿੰਦੀ ਹੈ ਨਹੀਂ ਤਾਂ ਬਬ ਦੇਖ ਲੈਣੇ ਇੱਕ ਵਾਰ ਉਹਨਾਂ ਲਿਸਟਾਂ ਨੂੰ ਹਾਂਜੀ ਜਿਵੇਂ ਤੁਸੀਂ ਦੇਖ ਸਕਦੇ ਹੋ ਇੱਥੇ ਸਬਜੈਕਟ ਵਾਈਜ਼ ਜਿਹੜੀ ਲਿਸਟ ਅਪਲੋਡ ਕਰ ਦਿੱਤੀ ਹੈ ਕਿ ਇਹਨੇ ਇੰਗਲਿਸ਼, ਹਿੰਦੀ, ਮੈਥ, ਪੰਜਾਬੀ, ਸਾਇੰਸ ਔਰ ਐਸੈਸ ਤੁਸੀਂ ਆਪਣੇ ਆਪਣੇ ਸਬਜੈਕਟ ਦੇ ਵਿੱਚੋਂ ਜਾ ਕੇ ਦੇਖ ਸਕਦੇ ਹੋ ਇੱਕ ਤਰੀਕੇ ਨਾਲ ਇਹ ਫਰਸਟ ਲਿਸਟ ਹੀ ਸਮਝੋ ਇਸ ਨੂੰ ਤੇ ਜਿਵੇਂ ਪੋਸਟ ਹੈ ਦੇ ਵਿੱਚ ਅਗਰ ਵੇਕੈਂਟ ਰਹਿੰਦੀਆਂ ਤਾਂ ਫਿਰ ਸੈਕੰਡ ਲਿਸਟ ਵੀ ਆਏਗੀ ਤੇ ਤੁਸੀਂ ਦੇਖ ਸਕਦੇ ਹੋ ਆਪਣੇ ਆਪਣੇ ਰੋਲ ਨੰਬਰ ਦੇ ਅਕੋਰਡਿੰਗ ਔਰ ਕੈਟਾਗਰੀ ਵਾਈਜ਼ ਕਿ ਥੋੜਾ ਫਰਸਟ ਲਿਸਟ ਦੇ ਵਿੱਚ ਨੇਮ ਜਿਹੜਾ ਉਹ ਆਇਆ ਕਿ ਨਹੀਂ ਆਇਆ ਤੇ ਇਸੇ ਕੀ ਇਨਫੋਰਮੇਸ਼ਨ 3704 ਮਾਸਟਰ ਕੈਡਰ ਦੇ ਅਸਾਮੀਆਂ ਦੇ ਰਿਲੇਟਡ ਨਵੀਂ ਸੀਨੀਅਰ ਪ੍ਰ ਨੋਟੀਫਿਕੇਸ਼ਨ ਨੂੰ ਟਾਈਮ ਸਿਰ ਤੇ ਸਭ ਤੋਂ ਪਹਿਲਾਂ ਪਾਉਣ ਲਈ ਚੈਨਲ ਦਾ ਜਿਹੜਾ ਨੋਟੀਫਿਕੇਸ਼ਨ ਦਾ ਆਈਕਨ ਹੈਗਾ ਤੁਸੀਂ ਉਸ ਨੂੰ ਔਨ ਕਰ ਲਓ ਸਬਸਕ੍ਰਾਈਬ ਕਰੋਗੇ ਤਾਂ ਬੈਲ ਆਈਕਨ ਸ਼ੋ ਹੋਏਗਾ ਬੈਲ ਆਈਕਨ ਤੇ ਕਲਿੱਕ ਕਰਕੇ ਤੁਹਾਨੂੰ 올 ਸ਼ੋ ਹੋਏਗਾ 올 ਤੇ ਕਲਿੱਕ ਕਰਨ ਨਾਲ ਤੁਹਾਡੇ ਸਾਰੇ ਨੋਟੀਫਿਕੇਸ਼ਨ ਜਿਹੜੀਆਂ ਔਨ ਹੋ ਜਾਣਗੀਆਂ ਜਿਸ ਨਾਲ ਤੁਹਾਨੂੰ ਸਾਰੀਆਂ ਹੀ ਲੇਟੈਸਟ ਅਪਡੇਟਸ ਜਿਹੜੀ ਹੈਗੀਆਂ ਨੇ ਟਾਈਮ ਸਿਰ ਤੇ ਸਭ ਤੋਂ ਪਹਿਲਾਂ ਮਿਲੇਗੀ ਫੇਸਬੁੱਕ ਤੇ ਵੀ ਤੁਸੀਂ ਫੋਲੋ ਕਰ ਸਕਦੇ ਹੋ ਉਸ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਵਿੱਚ ਮਿਲ ਜਾਏਗਾ ਥੈਂਕ ਯੂ